अब हर ओकेजन की सेलिब्रेशन होगी सुधीर स्वीट स्नैक्स एंड बेकर्स के साथ शुद्ध देसी घी से तैयार मिठाई एंड टोटली एगलेस बेकरी सुधीर स्वीट्स, सेंट्रल टाउन फगवाड़ा ਨਮਸਕਾਰ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੇਗਾ ਜਿਵੇਂ ਕਿ ਸਰਕਾਰ ਜਿਹੜਾ ਸਵਚ ਭਾਰਤ ਬਹਿਾਨ ਤੇ ਹੈ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਨਵੇਂ-ਨਵੇਂ ਪ੍ਰੋਜੈਕਟ ਤਿਆਰ ਕਰ ਰਹੀ ਆ ਉੱਥੇ ਹੀ ਫਗਵਾੜੇ ਦਾ ਇੱਕ ਜਾਣਿਆ-ਮਾਨਿਆ ਏਰੀਆ ਜਿਹੜਾ ਕਿ ਨਾਮ ਹੈਗਾ ਨਿਊ ਮੋਡਲ ਟਾਊਨ ਉੱਥੇ ਲੋਕ ਗੰਦਗੀ ਨਾਲ ਭਰੀ ਹੋਈ ਪਾਣੀ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਰਿਹਾ ਕਿਉਂਕਿ ਸੜਕਾਂ ਦੇ ਉੱਤੇ ਸੀਵਰੇਜ ਦਾ ਪਾਣੀ ਭਰਿਆ ਹੋਇਆ ਤੁਸੀਂ ਵੀ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿੱਦਾਂ ਪਾਣੀ ਸੀਵਰੇਜ ਦਾ ਭਰਿਆ ਆ ਤੇ ਲੋਕ ਇੱਥੇ ਕਿੱਦਾਂ ਰਹਿੰਦੇ ਹੋਗੇ ਇੰਨੀ ਗੰਦਗੀ ਵਿੱਚ ਇੱਕ ਪਾਸੇ ਤਾਂ ਕਰੋਨਾ ਮਹਾਮਾਰੀ ਚੱਲ ਰਹੀ ਆ ਉੱਥੇ ਹੀ ਦੂਜੇ ਪਾਸੇ ਤਾਂ ਸਰਕਾਰ ਸਾਰਿਆਂ ਨੂੰ ਕਹਿੰਦੀ ਹੈ ਕਿ ਆਪਣੇ ਸੇਫਟੀ ਖੁਦ ਰੱਖੋ ਆਸ-ਪਾਸੇ ਸਫਾਈ ਰੱਖੋ ਪਰ ਉੱਥੇ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਆ ਇੱਥੇ ਟੁੱਟੀ ਸੜਕ ਦੇ ਉੱਤੇ ਗੰਦਗੀ ਵਾਲਾ ਪਾਣੀ ਸੀਵਰ ਦਾ ਪਾਣੀ ਭਰਿਆ ਪਿਆ ਆ ਲੋਕਾਂ ਦਾ ਇਹ ਕਹਿਣਾ ਆ ਕਿ ਮਤਲਬ ਉਹਨਾਂ ਨੇ ਕਾਫੀ ਵਾਰ ਇੱਥੇ ਪ੍ਰਸ਼ਾਸਨ ਨੂੰ ਕਿਹਾ ਆ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਸਾਧ ਨਹੀਂ ਲਈ ਆ ਉਹਨਾਂ ਸੁਣਦੇ ਨਹੀਂ ਹੈਗੇ ਅਣਗਹਿਲੀ ਕਰਦੇ ਆ ਸੋ ਹੁਣ ਅਸੀਂ ਆਪਾਂ ਲੋਕਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੂੰ ਕਿਹੜੀ ਕਿਹੜੀ ਪਰੇਸ਼ਾਨੀਆਂ ਆ ਰਹੀਆਂ ਇਸ ਕਾਰਨ ਆਹ ਗੱਲ ਕਰਦੇ ਆ ਹੈਲੋ ਸਰ ਪਹਿਲਾਂ ਤਾਂ ਸਾਇਨ ਟਿਵੀ ਤੇ ਤੁਹਾਡਾ ਸਵਾਗਤ ਆ ਥੈਂਕ ਯੂ ਜੀ ਸਰ ਤੁਹਾਨੂੰ ਕਿਹੜੀ ਸਮੱਸਿਆ ਆ ਰਹੀ ਆ ਇੱਥੇ ਮਹੱਲੇ ਵਿੱਚ ਰਹਿਣ ਨੂੰ ਸਾਨੂੰ ਆ ਸੀਵਰੇਜ ਦੀ ਪ੍ਰੋਬਲਮ ਆ ਰਹੀ ਆ ਬਹੁਤ ਜ਼ਿਆਦਾ ਮੈਂ ਸਨੀ ਗੋਗਨਾ ਜੀ ਐਕਸ਼ਨ ਸਾਹਿਬ ਤੇ ਐਸਜੀਓ ਤੇ ਲਗਰਾਜ ਜੀ ਨਾਲ ਗੱਲ ਕੀਤੀ ਸੀ ਤੇ ਸਾਡੇ ਜਿਹੜੇ ਮੌਜੂਦਾ ਐਮਸੀ ਇਥੇ ਦੇ ਉਹਨਾਂ ਆਖਮਾਨ ਖੰਡ ਜੀ ਉਹਨਾਂ ਨਾਲ ਵੀ ਗੱਲ ਕੀਤੀ ਸੀ ਸਾਰੇ ਮੌਕੇ ਤੇ ਆਏ ਆ ਪਰ ਅੱਜ 15 ਦਿਨ ਹੋ ਗਏ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਉਹਨਾਂ ਨੇ ਮੈਂ ਇਹ ਗੱਲ ਕੀਤੀ ਉਹ ਕਹਿੰਦੇ ਕੋਈ ਜੀਟੀ ਰੋਡ ਤੋਂ ਪ੍ਰੋਬਲਮ ਹੋਈ ਹੋਇਆ ਜਿਹੜਾ ਜੀਟੀ ਰੋਡ ਤੇ ਹਾਈਵੇ ਬੰਦ ਹੈ ਉਹ ਤੋਂ ਸੀਬਾਈ ਬਲੌਕ ਹੋਇਆ ਵਾ ਅਸੀਂ ਚਾਹੁੰਦੇ ਆ ਕਿ ਜਲਦੀ ਜਲਦੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਬਿਮਾਰੀ ਫੈਲਣ ਦਾ ਖਤਰਾ ਆਲੇ ਦੁਆਲੇ ਛੋਟੇ ਛੋਟੇ ਬੱਚੇ ਰਹਿੰਦੇ ਆ ਤੇ ਉਸ ਕਰਕੇ ਉਹ ਡੇਂਗੂ ਵੀ ਫੈਲਣ ਦਾ ਖਤਰਾ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਪਾਣੀ ਖੜਾ ਤੇ ਇੱਥੇ ਕੀ ਪ੍ਰੋਬਲਮ ਆਈ ਹੋਆ ਸਰ ਕਿੰਨਾ ਕੁ ਸਮਾਂ ਹੋ ਗਿਆ ਇਹ ਪਾਣੀ ਖੜਾ ਹੋਏ ਨੂੰ ਇਹ ਅੱਜ 15 ਦਿਨ 20 ਦਿਨ ਹੋ ਗਿਆ ਜੀ ਤੇ ਬੜੀ ਪ੍ਰੋਬਲਮ ਆ ਇਥੋਂ ਨੰਗ ਨਹੀਂ ਹੋ ਰਿਹਾ ਤੇ ਪ੍ਰਸ਼ਾਸਨ ਕੀ ਇਹਦੇ ਪਿੱਛੇ ਕੁਝ ਕਰ ਨਹੀਂ ਰਹੀ ਹੈਗੇ ਕੁਝ ਨਹੀਂ ਕਰ ਰਹੇ ਜੀ ਆ ਕੇ ਬਸ ਪਾਣੀ ਕੱਢ ਦਿੰਦੇ ਥੋੜਾ ਮੋਟਾ ਉਹ ਪਾਣੀ ਜੇ ਪਿੱਛੋਂ ਬੰਦਾ ਤਾਂ ਉਹ ਆ ਰਿਹਾ ਤੇ ਇਧਰੋਂ ਆ ਰਿਹਾ ਸਾਰਾ ਪਾਣੀ ਇੱਧਰ ਇਕੱਠਾ ਹੋ ਜਾਂਦਾ ਤੇ ਸਾਰਾ ਪਾਣੀ ਇੱਥੇ ਇਕੱਠਾ ਹੋ ਕੇ ਤੇ ਮੱਛਰ ਵਗੈਰਾ ਬਹੁਤ ਬਿਮਾਰੀ ਵਗੈਰਾ ਫੈਲਣ ਦਾ ਖਤਰਾ ਆ ਇਸ ਕਰਕੇ ਜਲਦੀ ਜਲਦੀ ਚਾਹੁੰਦੇ ਆ ਕਿ ਇਹ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ। ਬਸ ਅਸੀਂ ਇਹੀ ਚਾਹੁੰਦੇ ਆ। ਸਰ ਕਿੰਨੀ ਵਾਰ ਇਸ ਮਸਿਆਵਲੇ ਤੁਸੀਂ ਆਪਣੇ ਕਾਉਂਸਲਰ ਨੂੰ ਕਹਿ ਚੁੱਕੇ ਆ? ਮੈਂ ਕਮ ਸੇ ਕਮ 5 ਤੋਂ 7 8 ਟਾਈਮ ਫੋਨ ਕਰ ਚੁੱਕਾ। ਪਰਸਨਲੀ ਵੀ ਉਹਨਾਂ ਕੋ ਗਿਆ, ਉਹ ਤੇ ਨਹੀਂ ਆਉਂਦੇ, ਮਿਲੇ ਫਿਰ ਇੱਥੇ ਆਏ। ਇੱਥੇ ਮਿਲਿਆ ਉਹਨੂੰ ਕਹੇ ਹੱਲ ਕੱਢੋ। ਵਰਕਰ ਦੇ ਹਿਸਾਬ ਤੇ ਜਿਹੜਾ ਸੈਨੀਟਰੀ ਇਨਸਪੈਕਟਰ ਹੋਏਗਾ ਜਾਂ ਉਹਨੂੰ ਸਿਸਟਮ ਲੇਆਉਟ ਦਾ ਪਤਾ ਹੋਏਗਾ, ਉਹ ਆ ਕੇ ਕੰਮ ਨਹੀਂ ਕਰਦੇ, ਆ ਕੇ ਕਹਿੰਦੇ ਹੋ ਗਿਆ ਜੀ ਭਰਿਆ ਹੈ ਤੱਕ। मतलब कोई इलॉजिकल आंसर दे रहा या उदा मतलब नहीं निकलदा कोई भी जे 5 7 ਟੱਕਣ ਚੱਕ ਕੇ ਉਹਨਾਂ ਨੂੰ ਸੀਵਰੇਜ ਦਾ ਪਤਾ ਕਰਨਾ ਪਵੇ ਪੁਆਇੰਟ ਆਊਟ ਕਰਨਾ ਪਵੇ ਇੱਥੇ ਚੋਕਿੰਗ ਆ ਉਹ ਫਾਈਂਡ ਆਊਟ ਕਰਨ ਕੋਈ ਇੰਜੀਨੀਅਰਿੰਗ ਪੁਆਇੰਟ ਤੋਂ ਕੋਈ ਹੈਗੇ ਨੇ ਸਾਰੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਅਫਸਰ ਇਹ ਨੇ ਜਿਹੜੇ ਦਫ਼ਤਰਾਂ 'ਚ ਬੈਠੇ ਆ ਉਹ ਆ ਕੇ ਵਿਜ਼ਿਟ ਕਰਨ ਇਸ ਕੇਰੀਅਰ ਨੂੰ ਦੇਖਣ ਕੇ ਵੇ ਕੀ ਪ੍ਰੋਬਲਮ ਆ ਮਹਾਮਾਰੀ ਦੇ ਦਿਨਾਂ ਵਿੱਚ ਉਹ ਸਮੈਲ ਤੁਸੀਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਸਮੈਲ ਆਉਂਦੀ ਆ ਮੇਰਾ ਗੇਟ ਇਹ ਆ ਇੱਥੋਂ ਜ਼ਿਆਦਾ ਨਿਕਲਦਾ ਨੱਕ ਨੂੰ ਪਰਦਾ ਬਾਰੀਆਂ ਦਰਵਾਜ਼ੇ ਸਾਨੂੰ ਬੰਦ ਰੱਖਣੇ ਪੈਂਦੇ ਆ ਇਹਦਾ ਇਲਾਜ ਅਗਰ ਇਹਨਾਂ ਕੋਲ ਹੈ ਨਹੀਂ ਤੇ ਬਿੱਲ ਤਾਂ ਲੈਂਦੇ ਨੇ ਸਿਵਰੇਜ ਦੇ ਕੀ ਨਹੀਂ ਕਿ ਮਤਲਬ ਹਰ ਇੱਕ ਤਰ੍ਹਾਂ ਦਾ ਸਿਸਟਮ ਹੈਗਾ ਇਹਦਾ ਜਲਦੀ ਤੋਂ ਜਲਦੀ ਹੱਲ ਕੱਢਣ ਜਿਹੜਾ ਵੀ ਬੰਦੇ ਇਨਵੋਲਵ ਨੇ ਉਹਨਾਂ ਤੋਂ ਪੁੱਛਣ ਨਕਸ਼ੇ ਬਣੇ ਆ ਜੇ ਨਹੀਂ ਜੇ ਨਹੀਂ ਪਲਾਨਡ ਫਿਰ ਸ਼ਹਿਰ ਨੂੰ ਹੋਰ ਕਿਉਂ ਵਧਾਈ ਜਾਂਦੇ ਆ ਸਰ ਕਿੰਨਾ ਟਾਈਮ ਹੋ ਗਿਆ ਕਾਉਂਸਲਰ ਨੇ ਮਹੱਲੇ ਦਾ ਦੌਰਾ ਕੀਤਾ ਨਹੀਂ 8-10 ਦਿਨ ਪਹਿਲਾਂ 8-10 ਦਿਨ ਪਹਿਲਾਂ ਆਏ ਸ਼ਾਮ ਨੂੰ ਦੌਰਾ ਨਹੀਂ ਕੀਤਾ ਉਹ ਬੁਲਾਇਆ ਤੇ ਆਏ ਸੀ ਨਾਲ ਵਰਕਰ ਲੈ ਕੇ ਆਏ ਆ ਕੋਈ ਹੁਣੇ ਹੱਲ ਨਹੀਂ ਕੱਢਿਆ ਇਹ ਦੇਖੋ 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 ਜੀ ਸਾਰੇ ਭਰੇ ਆ ਫਗਵਾੜਾ ਭਰਿਆ ਇਸ ਤਰ੍ਹਾਂ ਦੇ ਅਨਸਰ ਆ ਜਿਹਦਾ ਮਤਲਬ ਕੋਈ ਮੀਨਿੰਗ ਨਹੀਂ ਹੈ ਇਹਨਾਂ ਚੀਜ਼ਾਂ ਦਾ ਅਸੀਂ ਚਾਹੁੰਦੇ ਇਹਦਾ ਇਲਾਜ ਕੀਤਾ ਜਾਵੇ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਕਾਉਂਸਲਰ ਨੂੰ ਅਸੀਂ ਕਾਉਂਸਲਰ ਨੂੰ ਕਿਹਾ ਵੀ ਉਹ ਦਿਨ ਆ ਕੇ 10 ਦਿਨ ਬਾਅਦ ਭਈ 10 ਦਿਨਾਂ ਬਾਅਦ ਦਵਾਈ ਵੀ ਛੜਕਾ ਦੇਣ ਕੁਝ ਕਰ ਟੈਂਪੋਰਰੀ ਇਹਨਾਂ ਨੂੰ ਮੁਰਕੇ ਗੱਡੀ ਨਹੀਂ ਜਿਹੜੀ ਵੱਡੀ ਗੱਡੀ ਆ ਉਹ ਆ ਕੇ ਖੜੀ ਕਰਕੇ ਚਲੇ ਗਿਆ ਉਹ ਚਲਾਈ ਸਿਰਫ ਦੋ ਵਾਰ ਟਰਾਲੀਆਂ ਭਰ ਲਗੇ ਆ ਉਹ ਤਾਂ ਇੱਕ ਦਿਨ ਦੇ ਵਿੱਚ ਪਾਣੀ ਦਸਾਂ 15 ਘਰਾਂ ਦਾ ਆ ਜਾਂਦਾ ਜਮਾ ਹੋ ਜਾਂਦਾ ਉਹਨਾਂ ਨੂੰ ਚਾਹੀਦਾ ਐਕਟਿਵ ਐਕਟਿਵਲੀ ਇਸ ਦਾ 파ਟ ਲੈ ਕੇ ਇਹਨੂੰ ਹੱਲ ਕਰਨ ਲੋਕਾਂ ਦੀਆਂ ਤਕਲੀਫਾਂ ਵਾਸਤੇ ਹੀ ਬਣਦੇ ਆ ਨਾ ਗਵਰਨਮੈਂਟ ਕਾਹਦੇ ਕਿਤੇ ਨਹੀਂ ਹੁੰਦੀ ਕਲੇਮ ਵੱਡੇ ਨੇ ਹੈ ਕੁਛ ਨਹੀਂ ਧਰਤੀ ਮਤਲਬ ਜ਼ਮੀਨੀ ਪੱਧਰ ਤੇ ਹੈਲੋ ਮੈਮ ਮੈਮ ਜਿੱਦਾਂ ਕਿ ਕੋਰੋਨਾ ਚੱਲ ਰਿਹਾ ਹੈ ਇਸ ਵਿੱਚ ਵੀ ਇਦਾਂ ਮਤਲਬ ਗੰਦਗੀ ਵਿੱਚ ਰਹਿਣਾ ਪੈ ਰਿਹਾ ਆ ਤੁਹਾਨੂੰ ਕੀ ਪ੍ਰੋਬਲਮਸ ਆ ਰਹੀਆਂ ਆ ਸਾਨੂੰ ਮੇਨ ਤਾਂ ਸਭ ਤੋਂ ਵੱਡੀ ਸਫਾਈ ਦੀ ਪ੍ਰੋਬਲਮ ਆ ਰਹੀ ਹੈ ਪਹਿਲਾਂ ਤਾਂ ਕਰੋਨਾ ਦੇ ਵਿੱਚ ਅਸੀਂ 4-5 ਮਹੀਨੇ ਅੰਦਰ ਬੈਠੇ ਰਹੇ ਹੁਣ ਥੋੜਾ ਜਿਹਾ ਸਾਨੂੰ ਰਿਲੀਫ ਮਿਲਿਆ ਸੀ ਅਸੀਂ ਬਾਹਰ ਆਏ ਮਹੀਨਾ ਡੇਢ ਮਹੀਨੇ ਤੋਂ ਸਾਨੂੰ ਆਹ ਬੜੀ ਪ੍ਰੋਬਲਮ ਚੱਲ ਰਹੀ ਹੈ 15 ਦਿਨ ਤੋਂ ਤੋਂ ਬਹੁਤ ਜ਼ਿਆਦਾ ਇਹਨੇ ਭੰਕਰ ਰੂਪ ਲੈ ਲਿਆ ਇਹ ਪਾਣੀ ਤੁਹਾਨੂੰ ਲੱਗ ਰਿਹਾ ਹੈ ਕਿ ਥੋੜਾ ਜਿਹਾ ਖੜਾ ਹੈ ਇਹ ਸਾਰਾ ਇਸ 플ੌਟ ਦੇ ਵਿੱਚ ਜਾ ਰਿਹਾ ਔਰ ਇੰਨਾ ਇੰਨਾ ਪਾਣੀ ਖੜਾ ਹੈ ਅੰਦਰ ਤੁਸੀਂ ਵੀਡੀਓ ਬਣਾ ਕੇ ਵੀ ਦੇਖ ਸਕਦੇ ਹੋ ਕਿ ਕਾਫੀ ਪਾਣੀ ਖੜਨ ਨਾਲ ਇਹ ਧਿਆਲੇ ਵਾਲੇ ਜਿਹੜੇ ਬਜ਼ੁਰਗ ਹੈ ਬੱਚੇ ਹੈ ਉਹਨਾਂ ਨੂੰ ਵੀ ਬੜੀ ਪ੍ਰੋਬਲਮ ਆ ਸਕਦੀ ਹੈ ਡੇਂਗੂ ਜਿਸ ਤਰ੍ਹਾਂ ਬਹੁਤ ਫੈਲਿਆ ਹੋਇਆ ਵਾ ਤੇ ਕਰੋਨਾ ਦੀ ਇੱਕ ਮਹਾਮਾਰੀ ਕੋਤੋਂ ਡੇਂਗੂ ਦੀ ਬਾਹਰ ਕੋਈ ਵੀ ਨਹੀਂ ਗਲੀ ਦੇ ਵਿੱਚ ਬਾਹਰ ਨਿਕਲ ਸਕਦਾ ਮੈਂ ਇੱਕ ਪਾਸੇ ਤਾਂ ਸਰਕਾਰ ਦਾਵੇ ਕਰਦੀ ਹੈ ਕਿ ਮਤਲਬ ਆਪਣੀ ਸੇਫਟੀ ਰੱਖੋ ਪ੍ਰੋਪਰ ਆਪਣੇ ਮਾਸਕ ਪਾਓ ਜਾਂ ਸਾਫ ਸਫਾਈ ਰੱਖੋ ਆਲੇ ਦੁਆਲੇ ਪਰ ਇਹ ਉਧਰ ਹੀ ਸੜਕਾਂ ਤੇ ਇਦਾਂ ਪਾਣੀ ਚੱਲ ਰਿਹਾ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਹੁਣ ਉਸ ਦਾ ਬਹੁਤ ਵਾਰੀ ਕਹਿ ਚੁੱਕੇ ਹਨ ਉਹਨਾਂ ਨੂੰ 10-15 ਵਾਰੀ ਕਹਿ ਚੁੱਕੇ ਆਂ ਆਂਦੇ ਆ ਟੈਂਪਰੇਰੀ ਥੋੜਾ ਪਾਣੀ ਕੱਢ ਕੇ ਚਲੇ ਜਾਂਦੇ ਆਂ ਆਂਦੇ ਆ ਵਿਜ਼ਿਟ ਕਰਦੇ ਆਂ ਇਹ ਨਹੀਂ ਕਿ ਵਿਜ਼ਿਟ ਨਹੀਂ ਕਰਦੇ ਪਰ ਇਹਦਾ ਕੋਈ ਪਰਮਨੈਂਟ ਹੱਲ ਨਹੀਂ ਕਰ ਰਹੇ ਹੋ ਕਿੰਨੇ ਕ ਟਾਈਮ ਤੋਂ ਇਹ ਪ੍ਰੋਬਲਮ ਆ ਰਹੀ ਆ ਵੈਸੇ ਤਾਂ ਸਾਨੂੰ 2 ਮਹੀਨੇ ਤੋਂ ਪ੍ਰੋਬਲਮ ਹੈ ਇਹ ਸ਼ੁਰੂ-ਸ਼ੁਰੂ ਚ ਸਾਨੂੰ ਲੱਗਿਆ ਕਿ ਅਸੀਂ ਟੈਂਪਰੇਰੀ ਪਾਣੀ ਬਾਹਰ ਆ ਰਿਹਾ ਸਸੀ ਇਨਾ ਡੀਪਲੀ ਨਹੀਂ ਲਿੱ ਦਿੱਤਾ ਫਿਰ ਸਾਨੂੰ ਜਦੋਂ ਪਤਾ ਲੱਗਿਆ ਕਿ ਇਹ ਤਾਂ ਜੀਟੀ ਰੋਡ ਦਾ ਜਿਹੜਾ ਹੈਗਾ ਸੀਵਰੇਜ ਬਲੌਕ ਟੁੱਟਿਆ ਹੋਇਆ ਵਾ ਉਹਦੇ ਕਾਰਨ ਆ ਇਹ ਤਾਂ ਫੇ ਬਹੁਤ ਲੰਬਾ ਚੱਕਰ ਪੈ ਜਾਣਾ ਫਿਰ ਮੈਂ ਇਸ ਵਰਡ ਦੇ ਐਮਸੀ ਕੋਨ ਆ ਇਸ ਵਰਡ ਦੇ ਮਾਨਖੰਡ ਜੀ ਆ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਜਾਂ ਉਹਨਾਂ ਨੇ ਦੱਸਿਆ ਪਤਾ ਹੈ ਉਹਨਾਂ ਨੇ ਵਿਜ਼ਿਟ ਕੀਤੀ ਹੈ ਤਿੰਨ ਚਾਰ ਵਾਰੀ ਉਹ ਆਏ ਵੀ ਆ ਟੈਂਪਰਰੀ ਪਾਣੀ ਕੱਢ ਕੇ ਗਏ ਆ ਪਰ ਪਰਮਨੈਂਟ ਹੱਲ ਨਹੀਂ ਕੋਈ ਕੀਤਾ ਉਹਨਾਂ ਨੇ ਸਰ ਜਿਵੇਂ ਕਿ ਅਸੀਂ ਦੇਖਿਆ ਕਿ ਸੜਕਾਂ ਵੀ ਟੁੱਟੀਆਂ ਹੋਈਆਂ ਜਿਸ ਕਾਰਨ ਤਾਂ ਪਾਣੀ ਉਹ ਤਾਂ ਸ਼ਿਵਰਜ ਦਾ ਤਾਂ ਖੜੀ ਰਿਹਾ ਤੋ ਉਹਦੇ ਨਾਲੋਂ ਵੀ ਜ਼ਿਆਦਾ ਸੜਕਾਂ ਟੁੱਟੀਆਂ ਕਾਰਨ ਖੜ ਰਿਹਾ ਆ ਤੇ ਕਿ ਇਸ ਬਾਰੇ ਨਹੀਂ ਪਤਾ ਹੈਗਾ ਪ੍ਰਸ਼ਾਸਨ ਨੇ ਤੁਸੀਂ ਧਿਆਨ ਨਹੀਂ ਦਵਾਇਆ ਇਹ ਸੜਕਾਂ ਤਾਂ ਆਲਰੇਡੀ ਪਹਿਲਾਂ ਵੀ ਟੁੱਟੀਆਂ ਆ ਜੀ ਇਹ ਤੇ ਕਿਸੇ ਵੀ ਤੁਸੀਂ ਫਗਵਾੜੇ ਦੇ ਵਿੱਚ ਕਿਤੇ ਵੀ ਦੇਖ ਲਓ ਚਲੋ ਅਸੀਂ ਤਾਂ ਆਪਣੇ ਏਰੀਆ ਦੀ ਗੱਲ ਕਰਦੇ ਆਂ ਫਗਵਾੜੇ ਸਾਰੇ ਜੀ ਸੜਕਾਂ ਟੁੱਟੀਆਂ ਕਿਤੇ ਵੀ ਚੱਲ ਜੀਏ ਸਾਡਾ ਏਰੀਆ ਤਾਂ ਤੁਸੀਂ ਦੇਖ ਲਿਆ ਬਰਸ ਹੋ ਗਿਆ ਇਹ ਰਹਿਣ ਯੋਗ ਨਹੀਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਂ ਇੰਨੀ ਗੰਦਗੀ ਦੇ ਵਿੱਚ ਮੁਹੱਲਿਆਂ ਦੇ ਵਿੱਚ ਵੀ ਨਹੀਂ ਕੋ ਰਹਿੰਦਾ ਇਹ ਫਗਵਾੜੇ ਦਾ ਪੌਸ਼ ਏਰੀਆ ਮੰਨਿਆ ਜਾਂਦਾ ਤੇ ਤੁਸੀਂ ਆਪ ਹੀ ਦੇਖ ਲਓ ਇਹਦੀ ਕੀ ਹਾਲਤ ਹੈ ਸਰ ਇਹ ਜਾਣਿਆ ਮਾਨਿਆ ਏਰੀਆ ਫਗਵਾੜੇ ਦਾ ਕਿ ਬਿਲਕੁਲ ਲਿਵਿੰਗ ਸਟੈਂਡਰਡ ਸਟੈਂਡਰਡ ਆਫ ਲਿਵਿੰਗ ਦੇ ਵਿੱਚ ਫਿਰ ਵੀ ਇਸ ਮੁਹੱਲੇ ਦਾ ਇਹ ਹਾਲ ਆ ਇਹ ਤਾਂ ਹੁਣ ਕੀ ਕਰ ਸਕਦੇ ਆ ਜੀ ਇਹਨਾਂ ਐਮਸੀਜ਼ ਵਗੈਰਾ ਜਿਹਨੀਆਂ ਇਹਨਾਂ ਨੇ ਹੱਲ ਕਰਨਾ ਆ ਤੇ ਨਹੀਂ ਕਰ ਰਹੇ ਅਸੀਂ ਸਿਰਫ ਕਹਿ ਸਕਦੇ ਆ ਉਹਨਾਂ ਨੂੰ ਅਸੀਂ ਹੁਣ ਹੱਤੀ ਤਾਂ ਨਹੀਂ ਕੋਈ ਕੰਮ ਕਰਨਾ ਤਾਂ ਜਿਨ੍ਹਾਂ ਦੀ ਡਿਊਟੀ ਆ ਉਹ ਨਹੀਂ ਕਰਨਾ ਉਹ ਬੰਦੇ ਆ ਰਹੇ ਆ ਦੇਖ ਕੇ ਚਲੇ ਜਾ ਰਹੇ ਆ ਕੋਈ ਕੰਮ ਨਹੀਂ ਕਰ ਹਲੋ ਮੈਮ ਮੈਮ ਕੀ ਤੁਸੀਂ ਯੂਵਰ ਦਾ ਬਿੱਲ ਪੇ ਕਰਦੇ ਆ ਤੁਹਾਡੇ ਘਰਾਂ ਸਾਰੇ ਘਰਾਂ ਵੱਲੋਂ ਮਨਥਲੀ ਕਰੀਦਾ ਆ ਮੈਂ ਫੇਰ ਵੀ ਇਹ ਹਾਲ ਹੋ ਰਿਹਾ ਆ ਇਹਨੂੰ ਇਹਦੇ ਨਾਲ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਬੱਚੇ ਕਰੋਨਾ ਕਰਕੇ ਸਕੂਲ ਰਗੜੀ ਤੇ ਘਰ ਤੋਰੇ ਨਾਲ ਉਹਨਾਂ ਨੂੰ ਇੰਨੀ ਪ੍ਰੋਬਲਮ ਆ ਨਾ ਹੁਣ ਬਹੁਤ ਜ਼ਿਆਦਾ ਪ੍ਰੋਬਲਮ ਆ ਮੈਂ ਇਹ ਬਿਮਾਰੀ ਦਾ ਹਾਂ ਬਾਹਰ ਵੀ ਨਹੀਂ ਖੇਡ ਸਕਦੇ ਅੰਦਰ ਵੀ ਉਹ ਕਿੰਨਾ ਕਰੈ ਮੈਂ ਲਗਾਤਾਰ ਬਿਮਾਰੀ ਦਾ ਘਰ ਬਣ ਰਿਹਾ ਆ ਇੱਕ ਪਾਸੇ ਬਹੁਤ ਜ਼ਿਆਦਾ ਸਾਡੇ ਘਰਾਂ ਦੀਆਂ ਨੀਂਹਾਂ ਚ ਪਾਣੀ ਜਾ ਰਿਹਾ ਇਹਦੇ ਕਰਕੇ ਇੰਨੀ ਪ੍ਰੋਬਲਮ ਆ ਇੱਕ ਪਾਸੇ ਦਾ ਸਵੱਛ ਭਾਰਤ ਅਭਿਆਨ ਚੱਲ ਰਿਹਾ ਆ ਉਸ ਤੋਂ ਦੂਸਰੇ ਪਾਸੇ ਕਿ ਫਗਵਾੜੇ ਦੀ ਪੌਸ਼ ਏਰੀਏ ਵਿੱਚ ਇਹ ਹਾਲ ਆ ਨਹੋ ਵੀ 2 ਮਹੀਨੇ ਗਏ ਆ ਅਸੀਂ ਤਾਂ ਕਿਹਾ ਸੀ 15 ਦਿਨਾਂ ਤੱਕ ਕਲੀਨ ਹੋ ਜਾਏਗਾ ਪਰ ਇਹਦਾ ਕੋਈ ਲੱਗਦਾ ਨਹੀਂ ਪਿਆ ਹਾਲਾ ਹਲੇ ਤੱਕ ਵੀ ਨਹੀਂ ਨਿਕਲਿਆ ਕੋਈ ਜੇਕਰ ਪ੍ਰਸ਼ਾਸਨ ਨੇ ਮਤਲਬ ਤੁਹਾਡੀ ਮੰਗ ਨਾ ਮੰਨੀ ਜਾਂ ਹੋਇਆ ਨਾ ਕਲੀਨ ਫਿਰ ਤੁਹਾਡੀ ਨੈਕਸਟ ਪਲਾਨ ਕੀ ਹੋਊਗਾ ਇਹ ਤਾਂ ਹੁਣ ਉਹੀ ਦੱਸੂਗੇ ਕੀ ਕਰ ਸਕਦੇ ਨੇ ਨਹੀਂ ਤਾਂ ਅਸੀਂ ਫਿਰ ਕੁਝ ਹੋਰ ਦੇਖਾਂਗੇ ਮੈਂ ਜਿੱਦਾਂ ਕਿ ਸੀਵਰੇਜ ਜਾਮ ਹੋਇਆ ਪਿਆ ਇਸ ਵਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਗੰਦਗੀ ਬਹੁਤ ਜ਼ਿਆਦਾ ਵਧੀ ਹੋਈ ਹੈ ਕਾਫੀ ਦਿਨਾਂ ਤੋਂ ਹੀ ਨਾ ਗੰਦਗੀ ਬਹੁਤ ਜ਼ਿਆਦਾ ਵਧੀ ਹੋਈ ਹੈ ਬੱਚੇ ਖੇਡ ਨਹੀਂ ਸਕਦੇ ਐ ਡਿਜ਼ੀਜ਼ ਤੇ ਡਿਜ਼ੀਜ਼ ਵਧੀ ਜਾ ਰਹੀਆਂ ਤੇ ਕਾਫੀ ਵਾਰੀ ਅਸੀਂ ਮੈਸੇਜ ਵੀ ਕੀਤੇ ਤੇ ਕੋਈ ਰਿਸਪੌਂਸ ਨਹੀਂ ਆਇਆ ਤੇ ਤੁਸੀਂ ਜਲਦੀ ਤੋਂ ਜਲਦੀ ਇਹਦਾ ਸੋਲੂਸ਼ਨ ਕੱਢੋ ਥੈਂਕ ਯੂ ਮੈਡਮ ਤੋਂ ਨੂੰ ਮੱਲੇ ਚ ਕੀ ਕੀ ਸਮੱਸਿਆਵਾਂ ਆਣੀਆਂ ਪਈਆਂ ਬਹੁਤ ਸਮੱਸਿਆਵਾਂ ਆ ਗਈਆਂ ਨੇ ਪਹਿਲਾਂ ਤਾਂ ਪਾਣੀ ਇੱਥੇ ਖੜਾ ਹੋ ਜਾਂਦਾ ਸੀਵਰੇਜ ਦਾ ਦੂਸਰਾ ਸੜਕਾਂ ਟੁੱਟੀਆਂ ਵੀ ਨੇ ਬੱਚੇ ਖੇਡਣ ਕਿੱਥੇ ਖੇਡਣ ਤੁਸੀਂ ਆਪ ਸੋਚੋ ਤੇ ਤੁਹਾਡੇ ਬੱਚੇ ਹੋਂ ਇੱਥੇ ਕੋਈ ਖੇਡ ਸਕਦੇ ਇੱਥੇ ਔਰ ਇਹਨੇ ਪੋਸ਼ ਏਰੀਆ ਚ ਰਹਿ ਰਹੇ ਆ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਵੈਸੇ ਹੈ ਵੈਸੇ ਦੇਖੋ ਦਿਖੋ ਪਾਣੀ ਖੜਾ ਹੋਇਆ ਹੈ ਨਾ ਗੰਦਾ ਬੱਚੇ ਬਿਮਾਰ ਹੋ ਜਾਣਗੇ ਕਰੋਨਾ ਤਾਂ ਅੱਗੇ ਫੈਲਿਆ ਹੋਇਆ ਵੇ ਮੈਮ ਜਿੱਦਾਂ ਕਰੋਨਾ ਮਹਾਮਾਰੀ ਫੈਲੀ ਹੋਈ ਤਾਂ ਬਿਮਾਰੀਆਂ ਹੋਰ ਵਧਣੀਆਂ ਇੰਨਾ ਸੀਵਰੇਜ ਦੀ ਪਾਣੀ ਨਾਲ ਉਹੀ ਤਾਂ ਗੱਲ ਹੈ ਡੇਂਗੂ ਆ ਦੇਖੋ ਕਿੰਨਾ ਇੱਥੇ ਡੇਂਗੂ ਹੋਊਗਾ ਬੱਚੇ ਬਿਮਾਰ ਹੋਣਗੇ ਅਸੀਂ ਬਿਮਾਰ ਹੋਵਾਂਗੇ ਮੈਮ ਪ੍ਰਸ਼ਾਸਨ ਨੂੰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਹਾਂ ਵੀ ਸੜਕਾਂ ਬਣਾਉਣੇ ਨੇ ਠੀਕ ਕਰਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਨਿਊ ਮੋਡਲ ਟਾਊਨ ਦੇ ਮੁਹੱਲੇ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਅੱਗੇ ਰੱਖੀਆਂ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਪ੍ਰਸ਼ਾਸਨ ਉਹਨਾਂ ਦੀ ਸਾਧ ਨਹੀਂ ਲੈ ਰਿਹਾ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕਿਆ ਬਟ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਉਹਨਾਂ ਦਾ ਨਾਲ ਹੀ ਇਹ ਵੀ ਕਹਿਣਾ ਸੀ ਕਿ ਉਹ ਹਰ ਹਰ ਇੱਕ ਚੀਜ਼ ਦਾ ਜਾਂ ਸਿਵਦਾ ਟੈਕਸ ਪੇ ਕਰਦੇ ਆ ਬਟ ਉਹਨਾਂ ਦੀ ਪ੍ਰੋਬਲਮਸ ਫੇ ਵੀ ਨਹੀਂ ਸੁਣੀਆਂ ਜਾਂਦੀਆਂ ਤੇ ਉਹਨਾਂ ਨੇ ਇਹ ਵੀ ਕਹਿਣਾ ਕਿ ਜੇਕਰ ਉਹਨਾਂ ਦੀ ਪ੍ਰੋਬਲਮ ਨਹੀਂ ਸੁਣੀਆ ਗਈਆਂ ਤਾਂ ਅੱਗੇ ਤੋਂ ਉਹ ਟੈਕਸ ਲੈਣ ਦੇ ਹੱਕਦਾਰ ਵੀ ਨਹੀਂ ਹੈਗਾ ਪ੍ਰਸ਼ਾਸਨ ਅੱਗੇ ਤੋਂ ਜਦ ਤੱਕ ਤੁਸੀਂ ਦੇਖਦੇ ਰਹੋ ਸਾਂਝ ਟੀਵੀ ਉਮੀਦੀ ਆਖਰੀ کرن ਮੀਆਂ ਰਹਿਮਤ ਅਲੀ वशीकरण स्पेशलिस्ट हर जगह तो निराश लोग एक बार जरूर फोन करो स्पेशलिस्ट लव मैरिज लॉटरी नंबर पति पत्नी च मन मनचाहा प्यार सास नु दक्लेश नौकरी कारोबार च कोर्ट कचहरी कर्जे तो छुटकारा कित्ता कराया शत्रु दुश्मन तो छुटकारा विदेश यात्रा पीआर ले संपर्क करो वर्ल्ड फेमस मियां रहमत अली मोबाइल नंबर +917877245655